ਵਾਹਿਗੁਰੂ ਖਾਲਸਾ ਜੀ ਫਤਿਹ। ਦਾਸ ਪਿਛਲੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਣੀ ਵਾਈਫ ਦੇ ਨਾਲ ਮਨਾਲੀ ਘੁੰਮਣ ਗਿਆ ਸੀ ਤੇ ਪਹਿਲਾਂ ਵੀ 12-13 ਦਿਨ ਘਰ ਨਾਲ ਰਿਹਾ ਤੇ ਮਨ ਕੀ ਬਾਤ ਨਾਲ ਥੋੜਾ ਆਊਟ ਆਫ ਟੱਚ ਰਿਹਾ ਤੇ ਉਹਦੇ ਨਾਲ ਇਨ ਟੱਚ ਹੋਣਾ ਬਹੁਤ ਜ਼ਰੂਰੀ। ਮੈਨੂੰ ਅੱਜ ਹੀ ਮੇਰੇ ਕੋਈ ਵਾਕਫ ਨੇ ਮੈਡਮ ਉਹਨਾਂ ਦੱਸਿਆ ਵੀ ਸੁਰਜੀਤ ਸਿੰਘ ਜੀ ਜਿਹੜੀ ਅਗਲੀ ਬਸ ਯੋਜਨਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ। ਹੁਣ ਮੈਂ ਯੋਜਨਾ ਪੜ੍ਹ ਲਈਏ ਕਿ ਇਸ ਯੋਜਨਾ ਮੁਤਾਬਕ ਜਿਹੜੀ ਭਾਜਪਾ ਸਰਕਾਰ ਜਾਂ ਮੈਂਟਲ ਮੋਦੀ ਸਰਕਾਰ ਹੈ ਇਹਨੇ ਕੀ ਕੀਤਾ ਹੈ ਵੀ 4 ਸਾਲਾਂ ਵਾਸਤੇ ਫੌਜ ਵਿਚ ਭਰਤੀ ਕਰਨੀ ਹੈ, ਯਾਨੀ ਕੋਈ ਪੈਨਸ਼ਨ ਨਹੀਂ, ਕੋਈ ਰੈਂਕ ਨਹੀਂ, ਤੇ ਉਹ ਚ 25% ਫੌਜੀ ਰੱਖ ਲੈਣੇ ਤੇ ਬਾਕੀ ਘਰ ਪਾ ਦੇਣੇ ਨੇ। ਤੇ ਉਸ ਮੈਡਮ ਨੂੰ ਬੜੀ ਸੋਹਣੀ ਗੱਲ ਕਹੀ ਵੀ ਜਿਹੜੇ ਬੰਦੇ ਘਰ ਪਾ ਦੇਣੇ ਨੇ ਹਥਿਆਰਾਂ ਦੀ ਟ੍ਰੇਨਿੰਗ ਉਹਨਾਂ ਦੀ ਹੋ ਜਾਣਗੇ ਬੇਰੁਜ਼ਗਾਰ। ਹੁਣ ਜਿਹੜਾ ਬੇਰੁਜ਼ਗਾਰ ਬੰਦਾ ਹੁੰਦਾ ਹਮੇਸ਼ਾ ਫਰਸਟ੍ਰੇਟਡ ਹੁੰਦਾ, ਉਹ ਹਥਿਆਰ ਕਿੱਥੇ ਚੱਲਣਗੇ, ਸਰਕਾਰ ਤੇ ਚੱਲਣਗੇ, ਮਰਦਾ ਕੀ ਨਹੀਂ ਕਰਦਾ। ਅੱਜ ਲੋਕਾਂ ਚ ਇੰਨਾ ਗੁੱਸਾ ਭਰਿਆ ਹੈ ਕਿ ਗੱਲ ਗੱਲ ਚ ਲੋਕ ਇੱਕ ਦੂਜੇ ਦੇ ਉੱਤੇ ਘਸੋਨਮੁਖੀ ਹੋ ਜਾਂਦੇ ਨੇ। ਔਰ ਮੈਂ ਇੱਕ ਵੀਡੀਓ ਪਾਈ ਸੀ ਵੀ ਜੇ ਤੁਹਾਨੂੰ ਗੱਡੀ ਪਾਰ ਕਰਨ ਦੀ ਅਕਲ ਨਹੀਂ, ਜੇ ਤੁਹਾਨੂੰ ਗੱਡੀ ਚਲਾਉਣ ਦੀ ਅਕਲ ਨਹੀਂ, ਜੇ ਤੁਹਾਨੂੰ ਬੋਲਣ ਦਾ ਪਤਾ ਨਹੀਂ, ਜੇ ਤੁਸੀਂ ਗਲਤੀ ਕਰਕੇ ਮੰਨਦੇ ਨਹੀਂ, ਤੁਸੀਂ ਜ਼ਰੂਰ ਇੰਡੀਅਨ ਹੋਵੋਗੇ, ਸਾਰੇ ਤਾਂ ਨਹੀਂ ਲੇਕਿਨ ਮੈਜੋਰਿਟੀ। ਤੋ ਸਭ ਤੋਂ ਵੱਡੀ ਮੈਂਟਲ ਕੌਣ ਹੈ? ਮੋਦੀ ਸਰਕਾਰ, ਜਿਨ੍ਹਾਂ ਨੇ ਹੁਣ ਇਹ ਫੈਸਲਾ, ਕਦੇ ਨੋਟਬੰਦੀ, ਕਦੇ GST, ਕਦੇ ਕਿਸਾਨਾਂ ਨਾਲ ਪੰਗੇ, ਹੁਣ ਇੱਦਾਂ। ਪਰ ਮੈਨੂੰ ਤਾਂ ਅਫਸੋਸ ਕੋਈ ਨਹੀਂ ਹੈਗਾ, ਕਿਉਂਕਿ ਇੱਕ ਸ਼ਬਦ ਹੈਗਾ ਗੁਰਬਾਣੀ ਚ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਹੁਣ ਜੇ ਸਾਡੇ ਤੁਹਾਡੇ ਚੋਂ ਕੋਈ ਮੋਦੀ ਨੂੰ ਮਾਰੇ ਜਾਂ ਭਾਜਪਾ ਦੇ ਲੀਡਰਾਂ ਨੂੰ ਮਾਰੇ ਤਾਂ ਇਹਨਾਂ ਨੇ ਕਰਾ ਦੇਣੇ ਦੰਗੇ, ਤੇ ਉਹ ਹੁਣ ਆਪਣੀ ਮੋਤੇ ਆਪ ਹੀ ਮਰਦੇ ਪਏ ਨੇ। ਯਾਨੀ ਪਹਿਲਾਂ ਅਫਰਾ ਤਫਰੀ ਫੈਲੀ, ਮੁਸਲਮਾਨਾਂ ਨੇ ਦੁਆਲੇ ਹੋ ਗਏ ਤੇ ਆ ਗਈਆਂ ਧਮਕੀਆਂ, ਰਾਤੀ ਸੌਂਦੇ ਨਹੀਂ ਹੈ, ਤੇ ਹੁਣ ਨੌਜਵਾਨ ਦੁਆਲੇ ਹੋ ਗਏ। ਹੁਣ ਜਿੱਥੇ ਨੌਜਵਾਨ ਦੁਆਲੇ ਹੋ ਜਾਏ ਨਾ, ਨੌਜਵਾਨ ਨੇ ਰੇਲਾਂ ਵੀ ਫੂਕਣੀਆਂ ਨੇ, ਰੋਜ਼ ਉਹਨਾਂ ਨੇ ਗੱਡੀਆਂ ਫੂਕਣੀਆਂ ਨੇ। ਮੈਂ ਬਈ ਪੁਲਿਸ ਵਾਲਿਆਂ ਨੂੰ ਕਹਾਂਗਾ ਬਈ ਜਦ ਨੌਜਵਾਨ ਦੀ ਮੰਗ ਜਾਇਜ਼ ਏ ਕਿ ਉਹਨਾਂ ਦੇ ਰੁਜ਼ਗਾਰ ਤੇ ਸੱਟ ਮਾਰੇ ਗਈ, ਤੁਸੀਂ ਨਾ ਲਾਠੀਚਾਰਜ ਨਾ ਕਰਿਆ ਕਰੋ, ਤੁਹਾਨੂੰ ਨੌਜਵਾਨ ਛੱਡਣਾ ਨਹੀਂ ਹੈ, ਤੁਸੀਂ ਸਮਝ ਲਓ ਪੁਲਿਸ ਵਾਲਿਓ, ਸਰਕਾਰ ਮੈਂਟਲ ਹੋ ਚੁੱਕੀ ਏ। ਤੇ ਮੈਂ ਇੱਕ ਬੜਾ ਵਧੀਆ ਤੁਹਾਨੂੰ ਸੁਨੇਹਾ ਦੇਣ ਲੱਗਾ ਸਾਰਿਆਂ ਨੂੰ, ਇਹ ਹੱਲ ਮੈਂ ਕੱਢ ਦਿੰਦਾ ਹੁਣੇ। ਜਿੰਨੇ ਵੀ ਜਲ ਸੈਨਾ, ਥਲ ਸੈਨਾ, ਵਾਯੂ ਸੈਨਾ ਦੇ ਮੁਖੀ ਨੇ ਤੇ ਪਲੱਸ ਫੌਜ ਤੇ ਸਾਰੀ ਪੁਲਿਸ ਦੇਸ਼ ਦੀ, ਸਾਰੇ ਨੌਕਰੀ ਰਿਜ਼ਾਈਨ ਦੇ ਦਿਓ, ਰੱਬ ਤੁਹਾਨੂੰ ਭੁੱਖਾ ਨਹੀਂ ਮਰ ਲਗਾ, ਇਹ ਇੱਕ ਅੰਦੋਲਨ ਦਾ ਤਰੀਕਾ। ਸਾਰੇ ਬਹਿ ਜਾਓ ਘਰ ਤੇ ਕੋਈ ਨਾ ਕੋਈ ਰੁਜ਼ਗਾਰ ਆਪਣੇ ਤੁਹਾਨੂੰ ਦੇ ਹੀ ਦੇਣਾ, ਨਹੀਂ ਤਾਂ ਗੁਰੂ ਕੇ ਲੰਗਰਾਂ ਦੀ ਰੋਟੀ ਮਿਲ ਜਾਣੀ। ਤੇ ਮੋਦੀ ਨੂੰ ਕਹੋ, ਅੰਬਾਨੀ ਨੂੰ ਕਹੋ, ਖੱਟਰ ਨੂੰ ਕਹੋ, ਯੋਗੀ ਨੂੰ ਕਹੋ, ਤੂੰ ਬਾਹਲਾ ਨਿਕਲ ਤੇ ਅੱਜ ਫੜਿਆ ਲਾਠੀ ਤੋਂ, ਉਧਰੋਂ ਪਾਕਿਸਤਾਨ ਕਰੇ ਹਮਲਾ ਹਿੰਦੁਸਤਾਨ ਤੇ, ਉਧਰੋਂ ਕਰੇ ਚੀਨ, ਉਧਰੋਂ ਕਰੇ ਅਮੈਰੀਕਾ, ਤੇ ਉਧਰੋਂ ਵੱਠਣਗੇ ਬੰਬ, ਉਧਰ ਚੱਲਣਗੀਆਂ ਗੋਲੀਆਂ, ਉਧਰ ਸਟੇਨ ਕਰਨਾ, ਤੇ ਇਧਰ ਲਾਠੀਆਂ ਵਾਲੇ ਨੱਕਰਧਾਰੀ, ਤੇ ਇਹਨਾਂ ਦੀਆਂ ਲਾਸ਼ਾਂ ਦੇ ਚੀਥਰੇ ਉੱਡ ਜਾਣੇ, ਮਾਰਨ ਦੀ ਲੋੜ ਨਹੀਂ ਪੈਣੀ, ਆਪੇ ਮਾਰ ਜਾਣੇ। ਹੁਣ ਜਿੰਨੀਆਂ ਕੁੱਗਾਂ ਦੇਸ਼ ਚ ਲੱਗ ਗਈਆਂ ਨੇ, ਮੈਂ ਇਹਨਾਂ ਅੱਗਾਂ ਦਾ ਬਹੁਤ ਸਵਾਗਤ ਕਰਦਾ, ਇਹ ਅੱਗਾਂ ਜੇ ਵੱਡੇ ਵੱਧ ਗਈਆਂ ਨੇ ਔਰ ਵਧਣਗੀਆਂ ਹੋਰ, ਤੇ ਇਹਨਾਂ ਨੇ ਆਪੇ ਸੜ ਕੇ ਮਾਰ ਜਾਣਾ, ਮਾਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਰੱਬ ਦਾ ਹੱਥ ਬੜਾ ਵੱਡਾ। ਮੈਂ ਅੱਗੇ ਵੀ ਗੱਲ ਕਹੀ ਸੀ ਬਈ ਜੋ ਦੇਸ਼ ਹੋਇਆ ਘਬਰਾਇਆ ਨਾ ਕਰੋ, ਮੋਦੀ ਜਾਂ ਇਹਦੇ ਕੁੱਤੇ ਬੰਦੇ ਰੱਬ ਤੋਂ ਵੱਡੇ ਨਹੀਂ ਹੈ, ਸੋ ਰੱਬ ਹੁਣ ਇਹਨਾਂ ਨੂੰ ਕੁੱਟਣ ਤੇ ਆ ਗਿਆ। ਹਾਂ, ਤੁਹਾਡੀ ਡਿਊਟੀ ਮੈਂ ਜ਼ਰੂਰ ਆਣੀ ਹੈ, ਜਿੱਥੇ ਵੀ ਭਾਜਪਾ ਦਾ ਬੰਦਾ ਵੇਖ ਲਓ, ਇਨਕਲੂਡਿੰਗ ਮੋਦੀ, ਤੇ ਖੱਬੇ ਹੱਥ ਦੀ ਨਾ ਇੱਕ ਦਾੜ ਕਰਦਾ ਥੱਪੜ ਜੜ ਦਿਆ ਕਰੋ, ਕਿਉਂਕਿ ਥੱਪੜ ਮਾਰਨ ਦਾ ਕੋਈ ਚਲਾਣ ਨਹੀਂ ਹੈ, ਤੇ ਜ਼ਖਮੀ ਨਹੀਂ ਕਰਨਾ, ਜਾਨੋਂ ਨਹੀਂ ਮਾਰਨਾ, ਤੇ ਇਹ ਥੱਪੜ ਖਾ ਕੇ ਨਾ ਇਹਨਾਂ ਦੇ ਵੋਏ ਹੋ ਜਾਣਾ, ਤੇ ਬਾਕੀ ਆ ਨੌਜਵਾਨ ਸਿੱਧੇ ਕਰ ਹੀ ਦੇਣੇ, ਮੁਸਲਮਾਨ ਸਿੱਧੇ ਕਰ ਦੇਣੇ ਨੇ, ਤੇ ਸਾਰੇ ਦੇਸ਼ ਦੇ ਨੇਕ ਦਿਲ ਹਿੰਦੂ, ਜੈਨੀ, ਬੋਧੀ, ਪਾਰਸੀ, ਈਸਾਈ, ਅੰਗਰੇਜ਼, ਅਸੀਂ ਮੁਸਲਮਾਨਾਂ ਦੇ ਨਾਲ ਹਾਂ, ਅਸੀਂ ਨੌਜਵਾਨਾਂ ਦੇ ਨਾਲ ਹਾਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।